ईरान का 700 साल पहला होया फकीर ते शायर सी सूफी संत जी, बहुत बड़ा फकीर जी। मैं उदी कबर की जियारत भी करके आया शिराज शहर जी, ते उत्थे बैठ के हाफिज शिराजी ते लम्मा लेख लिखिया जिहड़ा पंजाबी पाठकां ने बहुत पसंद की। पहलो तो 700 साल पुराना है, ताजगी इन्नी कि ऐं लगता कि अज होया हो। एक शेर उहदा सुना दिंदा पंजाबी च अनुवाद करके, फिर उहदे बारे ब्रीफ जिहा तुहानूं जानकारी दूंगा। अपनी सहेली नूं एड्रेस करदे हां, आखदा है मेरियां अखां विच अपनी तस्वीर देख के एक दिन तू हसी नहीं सी हिरनी। मेरिया अखां विच अपनी तस्वीर देख के एक दिन तू हसी नहीं सी, हुण तू इस गल तों मुकरदी है। मैं तेरे मुकरन का बुरा थोड़ा मनाना, पागलों के संसार च सियाने लोग इहो जिहियां गल्लां तों मुकरी करदे ने। बचपन मां विधवा ने पालिया, थोड़ा जिहा सुरत संभली तां एक दुकान ते नौकर रखवाता, समान बेचदा। एक बड़ी सोहनी कुड़ी कुछ खरीदन आई, पैसे दिते, उहनूं उहदी पसंद की चीज़ दे दित्ती, बकाया पैसे मोड़ दिते। बैठ के सोचण लगा, इन्नी सोहनी कुड़ी मेरे नसीबां च हो सकती है? नहीं हो सकती। एक तो गरीब हाँ, विधवा माँ का बेटा, कोई नौकर हाँ छोटा जिहा, इत्थे साडे वर्गां नूं कौन पुछदा। बैठे बैठे ख्याल आया कि बजुर्गों ने सानूं दस्सिया सी कि चलीना कट्टीए तो मन की मुराद पूरी हो जाती। अपने मालक नूं कहिंदा जी 1.5 महीने की छुट्टी चाहिए। मालक कहिंदा तनखाह नहीं मिलनी, फिर ना दिओ जी छुट्टी, दे दो छुट्टी देती। दरी चुकी छोटी जी, टोटा दरी का चुकिया, जंगल के किनारे बैठ के बंदगी कर लगे। कुछ दिन बाद आसमान चो रोशनी उतरी, रोशनी मनुखी आकार च बदली ते कहा, हाफिज तेरे मन की मुराद पूरी करना है। हाफिज उहदे वल देखी गया, हाफिज संग ना शर्मा ना झिझकना, जो मंगोगे सो दे आए, रब तुहाडे ते मेहरबान। हाफिज कहिंदा तुसीं रब हो? उह कहिंदा नहीं, मैं रब का भेजा है फरिश्ता। हाफिज कहिंदा इहदा मतलब रब तुहाडे नालों वी वध सोहणा होएगा? यकीनन उहदे वर्गी खूबसूरती, नायाब खूबसूरती संसार। फिर मैनूं तूं रब दे दे। ਉਹ ਭੁੱਲ ਗਿਆ ਕਿ ਕਾਹਦੇ ਵਾਸਤੇ ਬੈਠਿਆ ਸੀ, ਭੁੱਲ ਗਿਆ। ਵਾਹ ਵਾਹ, ਬੰਦਗੀ ਤਾਂ ਇਹਨੂੰ ਕਹਿੰਦੇ ਨੇ ਨਾ, ਅਸਲੀ ਗੱਲ। ਫਰਿਸ਼ਤਾ ਕਹਿੰਦਾ ਸਾਡੀ ਤਾਕਤ ਇਹ ਨਹੀਂ ਹੈ ਕਿ ਜਿਹੜੀ ਚੀਜ਼ ਤੂੰ ਮੰਗੀ ਉਹ ਦਵੇਂ, ਇਹ ਫਰੀਦਉਦੀਨ ਕੋਲ ਜਾਓ, ਉੱਥੋਂ ਮਿਲੋ ਸਾਡੇ ਕੋਲ। ਗੰਜ ਸ਼ਕਰ ਹੈ ਨਾ, ਫਰੀਦਉਦੀਨ ਅਤਾਰ, ਅਤਾਰ ਇਹ ਗੰਜੇ ਸ਼ਕਰ ਤੋਂ ਪਹਿਲਾਂ ਹੁੰਦਾ। ਫਰੀਦਉਦੀਨ ਕੋਲ ਗਿਆ, ਨਜ਼ਮਾਂ ਸੁਣਾਉਂਦਾ, ਗੀਤ ਸੁਣਾਉਂਦਾ, ਗਾਉਂਦਾ। ਉਹਨਾਂ ਨੂੰ ਗੀਤ ਸੰਗੀਤ ਨਜ਼ਮਾਂ ਪਸੰਦ ਨਹੀਂ, ਸਾਨੂੰ ਝਿੜਕ ਦਿੰਦੇ, ਬੰਦਗੀ ਕਰੋ। 6 ਮਹੀਨਿਆਂ ਤੋਂ ਬਾਅਦ ਥੱਕ ਗਏ, ਅੱਕ ਗਏ, ਕਹਿਣ ਲੱਗੇ ਆਪਾਂ ਆਪਣਾ ਇੱਥੇ ਟਿਕਾਣਾ ਨਹੀਂ ਹੈ, ਚੱਲੀਏ। ਆਪਣੀ ਕੰਬਲੀ ਚੁੱਕੀ, ਜੰਗਲ ਦੇ ਕਿਨਾਰੇ 'ਤੇ ਵਾਸਤੇ ਫੇਰ ਬੈਠੇ। ਸੰਗਤ ਵਿੱਚ ਅਸੀਂ 2-3 ਗੱਲਾਂ ਹਾਫਿਜ਼ ਸ਼ਿਰਾਜ਼ੀ ਸ਼ਾਇਰ ਦੀਆਂ ਸੁਣਨ, ਵੈਰੀ ਗੁੱਡ, ਉਹ ਸ਼ੁਰੂ ਕੀਤਾ ਹੋਇਆ ਸੀ। ਥੱਕ ਗਏ ਸਾਡੇ ਸਪੀਕਰ ਸਾਹਿਬ ਨੂੰ ਬਹੁਤ ਸ਼ੌਕ ਹੈ, ਸੁਣਾਓ ਸੁਣਾਓ ਜਾਰੀ ਜਾਰੀ। ਤੋ ਜੀ, ਹਾਫਿਜ਼ ਸ਼ਿਰਾਜ਼ੀ ਨੇ ਕੰਬਲੀ ਚੁੱਕੀ ਜੀ, ਦੁਬਾਰਾ ਜੰਗਲ ਕਿਨਾਰੇ ਗਿਆ ਜੀ, ਤੇ ਬੰਦਗੀ ਸ਼ੁਰੂ ਕਰ ਦਿੱਤੀ ਜੀ। ਨਿਰਾਸ਼ ਹੋ ਕੇ ਗਿਆ ਜੀ। ਕੁਛ ਦਿਨ ਕੁਛ ਹਫ਼ਤੇ ਲੰਘੇ, ਰੋਸ਼ਨੀ ਧਰਤੀ 'ਤੇ ਉੱਤਰੀ ਜੀ, ਹਾਫਿਜ਼ ਜੋ ਦਿਲ 'ਚ ਹੈ ਮੰਗੋ ਦਿਆਂਗੇ। ਹਾਫਿਜ਼ ਕਹਿੰਦਾ ਅੱਗੇ ਵੀ ਤੂੰ ਮੇਰੇ ਕੰਮ 'ਚ ਵਿਘਨ ਪਾਉਣ ਆਇਆ ਸੀ, ਇੱਕ ਵਾਰੀ ਹੁਣ ਤੂੰ ਫੇਰ ਆ ਗਿਆ, ਮੇਰੀ ਤਾਂ ਕੋਈ ਮੰਗ ਹੀ ਨਹੀਂ ਹੈ, ਤੇਰੀ ਕੀ ਇੱਛਾ ਤੂੰ ਦੱਸ, ਮੈਂ ਤੈਨੂੰ ਦਿਆਂਗਾ। ਉਹ ਕਹਿਣ ਲੱਗੇ, ਹਾਫਿਜ਼ ਅਸੀਂ ਤੈਨੂੰ ਪਿਆਰ ਕਰਨ ਵਾਲੀਆਂ ਚੀਜ਼ਾਂ, ਸਾਨੂੰ ਸਾਡਾ ਨਿਰਾਦਰ ਨਾ ਕਰੋ। ਜਿੱਥੋਂ ਤੁਸੀਂ ਆਏ ਸੀ ਉਦਾਸ ਹੋ ਕੇ, ਤੁਹਾਨੂੰ ਯਾਦ ਕਰ ਰਹੇ ਨੇ ਫਰੀਦਉਦੀਨ, ਉੱਥੇ ਵਾਪਸ ਫੇਰ ਜਾਓ। ਸਾਡਾ ਇੱਕ ਵਾਰੀ ਆਖਾਂ ਮੰਨ, ਮੁਹੱਬਤਾਂ ਕਰਨ ਵਾਲੇ ਲੋਕ ਆ। ਆਪਣੀ ਕੰਬਲੀ ਚੁੱਕੀ, ਦੁਬਾਰਾ ਫਰੀਦਉਦੀਨ ਕੋਲ ਜਦੋਂ ਗਏ, ਤਾਂ ਹੀ ਫਰੀਦਉਦੀਨ ਅਤਾਰ ਆਪਣੇ ਝੌਂਪੜੇ ਦੇ ਬਾਹਰ ਹਾਫਿਜ਼ ਸ਼ਿਰਾਜ਼ੀ ਦੇ ਗੀਤ ਗਾਉਂਦਾ ਖਲੋਤਾ ਦਿਸਿਆ। ਜਦੋਂ ਹਾਫਿਜ਼ ਆਇਆ, ਹਾਫਿਜ਼ ਇਹ ਆਸ਼ਰਮ, ਇਹ ਮੱਠ, ਇਹ ਖਾਨਗਾਹ ਤੁਹਾਡੀ ਹੈ, ਹੁਣ ਸਾਨੂੰ ਵਿਦਾ ਕਰੋ, ਅਸੀਂ ਜੰਗਲਾਂ ਜਾਵਾਂਗੇ, ਤੁਸੀਂ ਰੱਖ ਲਓ। ਇਹ ਹਾਫਿਜ਼ ਸ਼ਿਰਾਜ਼ੀ ਪ੍ਰਸਿੱਧ ਹੈ, ਅਤੇ ਉਹਦੇ ਨਾਲ ਰਿਲੇਟਡ ਇੱਕ ਕਥਨ ਰਵਿੰਦਰ ਨਾਥ ਟੈਗੋਰ ਦਾ, ਉਹ ਤੁਹਾਨੂੰ ਅੱਛਾ ਲੱਗੂਗਾ। ਹਾਫਿਜ਼ ਸ਼ਿਰਾਜ਼ੀ ਦਾ ਸ਼ੇਰ ਹੈ, ਕਹਿੰਦਾ ਹਿਰਨੀ ਤੇਰੀ ਗੱਲ ਉੱਪਰ ਇੱਕ ਤਿਲ ਹੈ ਜਿਹੜਾ, ਉਹਦੇ ਬਦਲੇ ਮੈਂ ਸਮਰਕੰਦ ਕੁਰਬਾਨ ਕਰ ਸਕਦਾ। ਇਹ ਸ਼ੇਰ ਹੈ ਉਹਦਾ, ਰਵਿੰਦਰ ਨਾਥ ਟੈਗੋਰ ਸ਼ਿਪ 'ਚ ਯਾਤਰਾ ਕਰ ਰਿਹਾ ਸੀ ਕਿ ਇੱਕ ਇਰਾਨੀ ਦੀ ਸੀਟ ਵੀ ਉਹਦੇ ਸੀਟ ਦੇ ਨਾਲ ਸੀ। ਉਹ ਇਰਾਨੀ ਅੰਗਰੇਜ਼ੀ ਵੀ ਜਾਣਦਾ ਸੀ, ਫਾਰਸੀ ਤਾਂ ਹੈਗਾ ਸੀ।
ਹਾਫਿਜ਼ ਸ਼ੇਰਾਜੀ ਦਾ ਦੀਵਾਨ ਸੁਣਾਉਣ ਲੱਗਾ। ਇਹ ਸ਼ੇਰ ਸੁਣਾਇਆ ਕਿ ਹਾਫਿਜ਼ ਨੇ ਕਿਹਾ ਕਿ ਤੇਰੀ ਗੱਲ ਤੇ ਤਿਲ ਦੇ ਬਦਲੇ ਮੈਂ ਸਮਰਕੰਦ ਸ਼ਹਿਰ ਕੁਰਬਾਨ ਕਰ ਸਕਦਾ। ਸੁਣ ਕੇ ਟੈਗੋਰ ਕਹਿੰਦਾ ਮੈਂ ਆਪਣੇ ਮਹਿਬੂਬਾ ਦੇ ਗੱਲ ਦੇ ਤਿਲ ਬਦਲੇ ਲੰਡਨ ਕੁਰਬਾਨ ਕਰ ਸਕਦਾ। ਉਹ ਇਰਾਨੀ ਕਹਿਣਗੇ ਲੰਡਨ ਕਿਹੜਾ ਤੇਰ ਹੈ, ਤੂੰ ਕਿਹੜਾ ਲੰਡਨ ਦਾ ਮਾਲਕ। ਉਹ ਕਹਿੰਦਾ ਹਾਫਿਜ਼ ਕਿਹੜਾ ਸਮਰਕੰਦ ਦਾ ਮਾਲਕ ਸੀ। ਜਿਹੜੇ ਸ਼ਾਇਰ ਹੁੰਦੇ ਨੇ ਤੇ ਆਸ਼ਿਕ ਹੁੰਦੇ ਨੇ ਮਹਿਬੂਬਾ ਇਹਨਾਂ ਤੇ ਹੁੰਦੀ ਚੀਜ਼ਾਂ ਹੋਰਾਂ ਦੀਆਂ ਕੁਰਬਾਨ ਕਰਦੇ।